ਕੰਪਿਊਟਰ ਐਸੋਸੀਏਸ਼ਨ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਵ ਕੀਤਾ ਜਾਵੇਗਾ। ਕੀ ਸਾਡੀ ਤਨਖਾਹਾਂ, ਚਾਹੇ ਅਸੀਂ 40,000 ਲੈ ਰਹੇ ਹਾਂ, ਚਾਹੇ ਅਸੀਂ 50,000 ਲੈ ਕੇ ਫੁੱਲ ਗ੍ਰੇਡ ਤੱਕ ਵੀ ਲੈ ਰਹੇ ਹਾਂ ਡਿਪਾਰਟਮੈਂਟ ਦੇ ਅੰਦਰ, ਸਰਕਾਰ ਦੀ ਕੋਝੀ ਚਾਲ ਹੈ ਕਿ ਸਾਨੂੰ 10,300 ਤੇ ਡਿਪਾਰਟਮੈਂਟ ਵਿੱਚ ਲੈ ਕੇ ਆਉਣ ਦਾ ਝਾਸਾ ਦੇ ਕੇ ਸਾਨੂੰ 10,300 ਤਨਖਾਹ ਦਿੱਤੀ ਜਾ ਰਹੀ ਹੈ, ਜੋ ਕਿ ਇੱਕ ਮੰਦਭਾਗਾ ਫੈਸਲਾ ਹੈ ਸਰਕਾਰ ਦਾ। ਜੇਕਰ ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਖਜ਼ਾਨੇ ਖਾਲੀ ਹੈ, ਖਜ਼ਾਨੇ ਭਰਨ ਦਾ ਕੋਈ ਇਹ ਤਰੀਕਾ ਨਹੀਂ ਹੈ ਕਿ ਤੁਸੀਂ ਮੁਲਾਜ਼ਮਾਂ ਦਾ ਸ਼ੋਸ਼ਣ ਕਰੋਗੇ, ਤੁਸੀਂ ਇਸ ਤਰ੍ਹਾਂ ਆਪਣੇ ਖਜ਼ਾਨੇ ਨਹੀਂ ਭਰ ਸਕਦੇ। ਸਾਡੇ ਪਰਿਵਾਰ ਹੈ, ਅਸੀਂ ਸੜਕਾਂ 'ਤੇ ਆ ਜਾਂਗੇ ਔਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਂਗੇ। ਸਾਡੇ ਲਈ ਜਿਹੜਾ ਇਹ ਫੈਸਲਾ ਹੈ, ਸਰਕਾਰ ਇਹਨੂੰ ਜਲਦੀ ਤੋਂ ਜਲਦੀ ਵਾਪਸ ਲਵੇ। ਜੇਕਰ ਸਰਕਾਰ ਇਸ ਤਰ੍ਹਾਂ ਦਾ ਕੋਈ ਫੈਸਲਾ ਆਪਣਾ ਵਾਪਸ ਨਹੀਂ ਲਏਗੀ ਔਰ ਸਾਨੂੰ ਮਜਬੂਰ ਕੀਤਾ ਗਿਆ ਕਿ ਸਾਡੇ ਆਪਣੇ ਪੂਰੇ ਸਕੇਲ ਛੱਡ ਕੇ ਅਸੀਂ 10,300 'ਤੇ ਆ ਕੇ ਸਰਕਾਰ ਦੇ ਨਾਲ ਕੰਮ ਕਰਾਂਗੇ, ਸਰਕਾਰ ਇਹ ਕਦੀ ਨਾ ਸੋਚੇ ਕਿ ਇਹ ਚੀਜ਼ ਬਰਦਾਸ਼ਤ ਹੋਏਗੀ। ਸਾਡਾ ਸੰਘਰਸ਼ ਜਿਹੜਾ ਹੈ ਸੁਸਾਇਟੀਆਂ ਵੱਲੋਂ ਅਤੇ ਹੋਰ ਵੀ ਭਰਾਤਰੇ ਜਥੇਬੰਦੀਆਂ ਵੱਲੋਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਪੂਰਾ ਸੰਘਰਸ਼ ਕਰਾਂਗੇ ਅਤੇ ਸਰਕਾਰ ਦੀ ਇੱਟ ਦੇ ਨਾਲ ਇੱਟ ਵਜਾ ਦਾਂਗੇ। ਇਹ ਧਰਨਾ ਸਾਡਾ ਪੰਜਾਬ ਸਰਕਾਰ ਦੇ ਖਿਲਾਫ ਹੈ, ਜਿਹੜੀ ਕਿ ਆਪਣੀ ਧੱਕੇਸ਼ਾਹੀ ਅਧਿਆਪਕ ਵਰਗ ਨਾਲ ਕਰ ਰਹੀ ਹੈ। ਅਸੀਂ ਇਸ ਗੱਲ ਦੇ ਰਾਹੀਂ, ਇਸ ਧਰਨੇ ਰਾਹੀਂ, ਇਸ ਰੋਜ਼ ਮੁਜ਼ਾਹਰੇ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਧਿਆਪਕ ਵਰਗ ਬਹੁਤ ਪੜ੍ਹਿਆ ਲਿਖਿਆ ਵਰਗ ਹੈ, ਜਿਹੜਾ ਕਿ ਇਹ ਧੱਕੇਸ਼ਾਹੀ ਬਿਲਕੁਲ ਨਹੀਂ ਸਹੂਗਾ। ਅਸੀਂ ਸਰਕਾਰ ਨੂੰ ਇਹ ਦੱਸ ਦਈਏ ਕਿ ਅੱਜ ਸਾਰੀਆਂ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ, ਜੇ ਸਰਕਾਰ ਸਾਡੇ ਨਾਲ ਧੱਕਾ ਕਰੂਗੀ, ਇਹ ਪ੍ਰੋਟੈਸਟ, ਇਹ ਸਾਡਾ ਜਿਹੜਾ ਮੁਜ਼ਾਹਰਾ ਦਿਨ ਬਾ ਦਿਨ ਹੋਰ ਤੇਜ਼ ਹੋਊ, ਅਸੀਂ ਸਾਰੇ ਘਰਾਂ ਤੋਂ ਬਾਹਰ ਨਿਕਲ ਕੇ ਕੈਪਟਨ ਸਾਹਿਬ ਦੀ ਕੋਠੀ ਦੇ ਬਾਹਰ ਬੈਠਾਂਗੇ, ਫਿਰ ਸਰਕਾਰ ਨੂੰ ਹੀ ਸਾਡਾ ਗੁਜ਼ਾਰਾ ਕਰਨ ਲਈ ਸਾਨੂੰ ਲੰਗਰ ਪਾਣੀ ਉੱਥੇ ਹੀ ਦੇਣਾ ਪਊ। ਸਰਕਾਰ ਸਾਨੂੰ ਦੱਸ ਦੇਵੇ ਕਿ ਅਸੀਂ 10,300 ਚਪਦਾ ਗੁਜ਼ਾਰਾ ਕਿਵੇਂ ਕਰੀਏ, ਇਹਦੇ ਵਿੱਚ ਦੁੱਧ ਪਾਣੀ ਰਾਸ਼ਨ ਕਿੱਥੋਂ ਲੈ ਕੇ ਆਈਏ, ਕਿ ਸਾਰੇ ਮੰਤਰੀਆਂ ਦੇ ਘਰ 10,300 'ਚ ਹੀ ਚੱਲਦੇ ਹਨ? ਜੇ ਚੱਲਦੇ ਹਨ ਤਾਂ ਅਸੀਂ ਵੀ ਲੈਣ ਨੂੰ ਤਿਆਰ ਹਾਂ।